ਸਤਪਾਲ ਜੀ ਮੰਦਿਰ ਦੇ ਵਿੱਚ ਘਟਨਾ ਵਾਪਰੀ ਹੈ, ਕੀ ਮਾਮਲਾ ਸਾਰਾ? ਇਹ ਨਾ ਜੀ, ਰਾਤ ਨੂੰ 9 ਵਜੇ ਪੰਡਿਤ ਜੀ ਚਲੇ ਜਾਂਦੇ ਆ ਲੋਕ ਲਗਾ ਕੇ ਮੰਦਰ, ਅਤੇ ਰਾਤ ਲਗਭਗ 2:10 'ਤੇ ਇੱਕ ਬੰਦਾ ਜਿਹੜਾ ਗੇਟ ਦੇ ਲੱਗੀ ਚਾਦਰ ਨੂੰ ਤੋੜ ਕੇ, ਸੰਭਲ ਨਾਲ ਤੋੜ ਕੇ ਅੰਦਰ ਐਂਟਰ ਕੀਤਾ। ਉਸ ਤੋਂ ਪਹਿਲਾਂ ਉਹਨੇ ਬਾਹਰ ਦਾ ਜਿਹੜਾ ਕੈਮਰਾ ਸੀਗਾ, ਜਿਹੜਾ ਬਾਹਰ ਦੇ ਗੇਟ 'ਤੇ ਜ਼ੂਮ ਹੁੰਦਾ, ਉਹਨੂੰ ਸੰਭਲ ਨਾਲ ਉੱਪਰ ਕੀਤਾ। ਉਸ ਤੋਂ ਬਾਅਦ ਉਹ ਗੇਟ ਦੀ ਚਾਦਰ ਤੋੜ ਕੇ ਅੰਦਰ ਵੜਿਆ। ਸਿੱਧਾ ਹੀ ਉਹਨੇ, ਹੋਰ ਕਿਤੇ ਨਹੀਂ ਵੇਖਿਆ, ਉਹਨੇ ਸਿੱਧਾ ਜਾ ਕੇ ਜਿਹੜੀ ਮੰਦਰ ਦੀ ਮੇਨ ਗੁਲਕ ਹੈ, ਉਹ ਸੱਬਲ ਦੇ ਨਾਲ ਉਹਦਾ ਜਿਹੜਾ ਗੇਟ ਹੈ ਗੁਲਕ ਦਾ, ਉਹਨੂੰ ਤੋੜ ਕੇ, ਚੰਗੀ ਤਰ੍ਹਾਂ ਤੋੜ ਕੇ, ਅਤੇ ਉਹਦੇ ਜੋ ਵੀ ਮਾਇਆ ਸੀ ਉਹ ਕੱਢ ਕੇ ਲੈ ਗਿਆ। ਇਸ ਤੋਂ ਪਹਿਲਾਂ ਵੀ ਘਟਨਾ ਹੋਈ ਸੀ ਜੋ? ਇਸ ਤੋਂ 2-2.5 ਮਹੀਨੇ ਪਹਿਲਾਂ ਇੱਕ ਬਾਬਾ ਜੀ ਦੇ ਸਰੂਪਾਂ ਦੇ ਉੱਤੇ, ਬਾਬਾ ਜੀ ਦੇ ਮਾਤਾ ਜੀ ਦੇ ਸਰੂਪ ਦੇ ਉੱਤੇ ਨੋਟਾਂ ਦੇ ਹਾਰ ਸੀ, ਜਿਹੜੇ ਕਿ 4 ਤੋਂ 5 ਹਜ਼ਾਰ ਰੁਪਏ ਦੇ ਨੋਟਾਂ ਦੇ ਹਾਰ ਸੀਗੇ, ਉਹਨਾਂ ਨੂੰ ਕੱਢ ਕੇ ਲੈ ਗਿਆ। ਜਿਹੜੀ ਪਾਲਕੀ ਆ, ਪਾਲਕੀ ਦਾ ਸ਼ੀਸ਼ੇ ਦਾ ਜਿਹੜਾ ਲੋਕ ਆ ਤੋੜ ਕੇ ਕਿਸੇ ਚੀਜ਼ ਨਾਲ, ਉਸ ਤੋਂ ਬਾਅਦ ਉਹ ਸਰੂਪਾਂ ਦੇ ਹਾਰ ਲਾ ਕੇ, 2 ਜਣੇ ਸੀ ਉਦੋਂ ਉਹ, ਹੁਣੇ ਸੀਗਾ, ਹੁਣ ਇਕੱਲਾ ਸੀਗਾ, ਉਹ ਹਾਰ ਲਾ ਕੇ ਲੈ ਗਏ ਸੀ। ਪੁਲਿਸ ਨੂੰ ਉਦੋਂ ਵੀ ਲਿਖਤੀ ਅਸੀਂ ਰਿਪੋਰਟ ਦਿੱਤੀ ਗਈ ਸੀ, ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਵਾਰ ਵੀ ਪੁਲਿਸ ਨੂੰ ਸੂਚਿਤ ਕੀਤਾ? ਇਸ ਵਾਰ ਵੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਵੇਖਦੇ ਹਾਂ, ਹੁਣ ਪੁਲਿਸ ਨੂੰ ਬੇਨਤੀ ਇੱਕੋ ਹੀ ਹੈ ਕਿ ਇਹ ਜਿਹੜੇ ਚੋਰ ਆ, ਵਾਰ ਵਾਰ ਜਿਹੜੇ ਮੰਦਰ ਨੂੰ ਨਿਸ਼ਾਨਾ ਬਣਾਉਂਦੇ ਆ, ਇਹਨਾਂ ਨੂੰ ਕਾਬੂ ਕੀਤਾ ਜਾਵੇ, ਤਾਂ ਜੋ ਇਸ ਤਰ੍ਹਾਂ ਦੀ ਦੁਬਾਰਾ ਘਟਨਾ ਨਾ ਹੋ ਸਕੇ।